ਗੱਡੀ ਸਾਡੀ ਕਿੱਥੇ ਫਸੀ ਪਈ ਆ ਮਤਲਬ ਗੱਡੀ ਅਸੀਂ ਆਂਦੇ ਪਏ ਸੀ ਤੇ ਔਰ ਗੱਡੀ ਜਿਹੜੀ ਯਕਦਮ ਉੱਤੇ ਬ੍ਰੇਕ ਫੇਲ ਹੋ ਗਈ ਆ ਕੀ ਹੋਇਆ ਲੁਕਰੀ ਕਿਉਂ ਪਈ ਆ ਬਸ ਐਵੇਂ ਮੈਂ ਨਹੀਂ ਕਰਨਾ ਯਾਰ ਕੀ ਨਹੀਂ ਕਰਨਾ ਕੀ ਫੜਾਈ ਜਾਂਦੀ ਸੀ ਮੈਂ ਕਹਿੰਦੀ ਆ ਫੜ ਲਾ ਜੇਬ ਚ ਪਾ ਲਾ ਚੁੱਪ ਕਰਕੇ ਤੇ ਮੈਂ ਪਰੇਸ਼ਾਨ ਪਤਾ ਨਹੀਂ ਕੀ ਮੈਨੂੰ ਫੜਾਈ ਜਾਂਦੀ ਹੈਗੀ ਆ ਖੋਲ ਕੇ ਦਿਖਾ ਨਾ ਵਿੱਚ ਹੈ ਕਿਹੜੀ ਸ਼ੈ ਵਾ ਤੇ ਪਹੁੰਚੀ ਜਾਂਦੇ ਪਹੁੰਚਦੇ ਨਾਲ ਹੀ ਆ ਮੈਡਮ ਜਿਹੜੀ ਬਹੁਤ ਰੌਲਾ ਪਾਉਂਦੀ ਹੁੰਦੀ ਨਾ ਸਾਡੇ ਆਫਿਸ ਦੇ ਵਿੱਚ ਆ ਤੁਸੀਂ ਇਧਰਲੀ ਸਾਈਡ ਤੇ ਵੇਖਦੇ ਹੋਣੇ ਆ ਅੱਜ ਇਹਨੇ ਪਿੰਕ ਸੂਟ ਪਾਇਆ ਹੋਇਆ ਮੈਡਮ ਮੈਡਮ ਦੋਸਤੋ ਕੀ ਹਾਲ ਹੈ ਤੁਹਾਡਾ ਮੈਂ ਹਾਂ ਤੁਹਾਡਾ ਆਪਣਾ ਯਾਰ ਬੇਲੀ ਸੱਜਣ ਮੌਜ਼ਮ ਜੱਟ ਤੇ ਲੋ ਮੈਂ ਅੱਜ ਘਰੋਂ ਥੋੜਾ ਲੇਟ ਹੋ ਗਿਆ ਤੇ ਮੈਂ ਪਹੁੰਚਿਆ ਆਫਿਸ ਦੇ ਵਿੱਚ ਤੇ ਆਫਿਸ ਦੇ ਵਿੱਚ ਭਾਈ ਹੋਰੀ ਲੱਗੇ ਸੀ ਸਟੂਡੀਓ ਸਾਡਾ ਤੁਸੀਂ ਵੇਖਦੇ ਹੋਣੇ ਕਿ ਨਾਲੇ ਰਮਜ਼ਾਨ ਟ੍ਰਾਂਸਮਿਸ਼ਨ ਦੀ ਵੀ ਤਿਆਰੀਆਂ ਹੋਣੀਆਂ ਕਿਉਂਕਿ ਮਹੀਨਾ ਰਹਿ ਗਿਆ ਵਾ ਤੇ ਆਫਿਸ 'ਚ ਆਇਆ ਵਾਂ ਤੇ ਇੱਥੇ ਆ ਕੇ ਤੇ ਲੱਗੇ ਹੋਏ ਸੀ ਏ ਸੀ ਵਾਲੇ ਠੀਕ ਕਰਨ ਕਿਉਂਕਿ ਗਰਮੀਆਂ ਚੜ ਗਈਆਂ ਵਾਂ ਤੇ ਗਰਮੀਆਂ ਤੁਹਾਨੂੰ ਪਤਾ ਗਰਮੀਆਂ ਦੇ ਵਿੱਚ ਏ ਸੀ ਤੋਂ ਬਗੈਰ ਤਾਂ ਇੱਕ ਮਿੰਟ ਗੁਜ਼ਾਰਾ ਨਹੀਂ ਹੈਗਾ ਤੇ ਭਾਈ ਹੋਰੀ ਏ ਸੀ ਉਸੇ ਠੀਕ ਕਰਦੇ ਪਏ ਆ ਤੇ ਏ ਸੀ ਉਸੇ ਠੀਕ ਹੋਣਗੇ ਸਾਰੇ ਜਿੰਨੇ ਵੀ ਆਫਿਸ ਦੇ ਤਾਂ ਕਿ ਕੋਈ ਜਿਹੜਾ ਪਸੀਨਾ ਪਸੂਨਾ ਸਾਨੂੰ ਆਉਣਾ ਸ਼ੁਰੂ ਹੋ ਗਿਆ ਨਾ ਉਹ ਖਤਮ ਹੋ ਜਾਵੇ ਤੇ ਬਾਕੀ ਆਫਿਸ ਜਿਹੜਾ ਸਟੂਡੀਓ ਹੋਏਗਾ ਸਾਡਾ ਇਹ ਸਾਰਾ ਸਟੂਡੀਓ ਤਿਆਰ ਤਿਉਰ ਹੋਏਗਾ ਹੁਣ ਇਹ ਨਵਾਂ ਸਟੂਡੀਓ ਬਣਨਾ ਵਾ ਤੇ ਉਸ ਤੋਂ ਬਾਅਦ ਤੁਸੀਂ ਵੇਖਣੋ ਕਿ ਉਹ ਵੇਖੋ ਪਿੱਛੇ ਭਾਈ ਚੜਿਆ ਆ ਉਹ ਘੋੜੀ ਦੇ ਉੱਪਰ ਘੋੜੀ ਉੱਪਰ ਮਤਲਬ ਕਿ ਚੜ ਕੇ ਉਹਦੇ ਉੱਪਰ ਠੀਕ ਕਰ ਰਿਹਾ ਏ ਸੀ ਠੀਕ ਕਰ ਰਿਹਾ ਵਾ ਠੀਕ ਹੈ ਤੁਸੀਂ ਵੇਖਦੇ ਹੋਣੇ ਤੇ ਬਾਕੀ ਅੱਜ ਦਾ ਦਿਨ ਵੇਖੋ ਆਪਾਂ ਅੱਜ ਦਾ ਦਿਨ ਕਿਵੇਂ ਦਾ ਗੁਜ਼ਰਦਾ ਆਪਾਂ ਜਾਂਦੇ ਹਾਂ ਅੱਜ ਘੁੰਮਦੇ ਫਿਰਦੇ ਅੱਜ ਵੇਖੋ ਕੀ ਕਰਦੇ ਹਾਂ ਸਾਰਾ ਦਿਨ ਆਪਾਂ ਨਾ ਚੱਲਾਂ ਸੀ ਇਵੈਂਟ ਦੇ ਤੇ ਇਵੈਂਟ ਤੋਂ ਆਉਂਦੇ ਆ ਮੈਂ ਹਲੇ ਉਹ ਦਫ਼ਤਰ ਪਹੁੰਚੀ ਆ ਤੇ ਪਹੁੰਚਦੇ ਨਾਲ ਹੀ ਆ ਮੈਡਮ ਜਿਹੜੀ ਬਹੁਤ ਰੌਲਾ ਪਾਉਂਦੀ ਹੁੰਦੀ ਨਾ ਸਾਡੇ ਆਫਿਸ ਦੇ ਵਿੱਚ ਆ ਤੁਸੀਂ ਇਧਰਲੀ ਸਾਈਡ ਤੇ ਵੇਖਦੇ ਹੋਣੇ ਆ ਅੱਜ ਇਹਨੇ ਪਿੰਕ ਸੂਟ ਪਾਇਆ ਹੈ ਮੈਡਮ ਮੈਡਮ ਕੀ ਹਾਲ ਤੁਹਾਡਾ ਠੀਕ ਆ ਬੋਲੋ ਤੇ ਕਹੋ ਵਲੌਗ ਬਣਾਉਣਾ ਬੰਦ ਕਰ ਦੋ ਦੰਦ ਜੱਲੋ ਇਹ ਹਮੇਸ਼ਾ ਸਾਡੇ ਖਿਲਾਫ ਹੀ ਰਹਿੰਦੀ ਜਦੋਂ ਵੇਖੋ ਸਾਡੇ ਖਿਲਾਫ ਹੀ ਰਹਿੰਦੀ ਮੈਡਮ ਮੈਡਮ ਸਾਡੇ ਖਿਲਾਫ ਹੀ ਰਹਿੰਦੀ ਹੋਣੀ ਖਿਲਾਫ ਨਹੀਂ ਹੋਣਾ ਪਹਿਲੇ ਆਪਣਾ ਦੂਸਰਾ ਕੰਮ ਹੋਣਾ ਚਾਹੀਏ ਨਾ ਅੱਛਾ ਤੇ ਅਸੀਂ ਜਾਂਦੇ ਨੇ ਕੰਮ ਦੇ ਵਿੱਚ ਵਾਲਾ ਕੰਮ ਵਲੌਗਿੰਗ ਦੇ ਵਿੱਚ ਸਾਥ ਸਾਥ ਹੀ ਹੈ ਹਾਂ ਲੋ ਜੀ ਅਸੀਂ ਚੱਲੇ ਹੁਣ ਅੱਗੇ ਕਿਸੇ ਇਵੈਂਟ ਤੇ ਤੇ ਬਾਕੀ ਆਪਾਂ ਤਾਂ ਉੱਥੇ ਜਾ ਕੇ ਮਿਲਦੇ ਆ ਵੇਖਦੇ ਆ ਉੱਥੇ ਕੀ ਹੁੰਦਾ ਤੇ ਕੀ ਚੱਲ ਰਿਹਾ ਅੱਜ ਕੱਲ ਤੇ ਆਓ ਫਿਰ ਚੱਲੀਏ ਆਪਾਂ ਉਸ ਤੋਂ ਪਹਿਲੇ ਕਿ ਟਾਈਮ ਦਾ ਹੋਵੇ ਲੋ ਵੀਰੇ ਅਸੀਂ ਇੱਥੇ ਪਹੁੰਚੇ ਹਾਂ ਇੱਥੇ ਮੈਡੀਕਲ ਕੈਂਪ ਲੱਗਾ ਹੋਇਆ ਸੀ ਅਤੇ ਇੱਥੇ ਹੈਪਾਟਾਈਟਸ ਸੀ ਦੇ ਹਵਾਲੇ ਨਾਲ ਇੱਥੇ ਨਾ ਲੋਕਾਂ ਦਾ ਟੈਸਟ ਕੀਤੇ ਜਾਂਦੇ ਸੀਗੇ ਅਤੇ ਜਿਹਦੇ ਵਿੱਚ ਲੋਕਾਂ ਨੂੰ ਹੈਪਾਟਾਈਟਸ ਸੀ ਬੀ ਅਤੇ ਜਿਹਦੇ ਵਿੱਚ ਕੋਈ ਵੀ ਬਿਮਾਰੀ ਹੈ ਵਾ ਨਾ ਉਹਨਾਂ ਨੂੰ ਟੈਸਟ ਕਰਕੇ ਉਹਨਾਂ ਨੂੰ ਦੇਖਿਆ ਜਾਂਦਾ ਸੀਗਾ ਕਿ ਅਗਰ ਤੁਹਾਨੂੰ ਕੋਈ ਬਿਮਾਰੀ ਹੈ ਵਾ ਤਾਂ ਤੁਹਾਨੂੰ ਦੱਸਦੇ ਹੈਗੇ ਆ ਪੀ ਸੀ ਆਰ ਟੈਸਟ ਕਰੇ ਜਾਂਦੇ ਸੀ ਔਰ ਇਹ ਬਿਲਕੁਲ ਫ੍ਰੀ ਕਰੀ ਜਾਂਦੇ ਸੀਗੇ ਠੀਕ ਹੈ ਇਹ ਕੈਂਪ ਲੱਗਾ ਹੋਇਆ ਸੀ ਅਤੇ ਇੱਥੇ ਬਿਲਕੁਲ ਇਸਦੀ ਟੈਸਟ ਹੁੰਦੇ ਪਏ ਹੈਗੇ ਆ ਔਰ ਇਹ ਬਿਲਕੁਲ ਫ੍ਰੀ ਟੈਸਟ ਹੁੰਦੇ ਪਏ ਹੈਪਾਟਾਈਟਸ ਸੀ ਦੇ ਵਾਲੇ ਨਾਲ ਅਤੇ ਕਿਉਂਕਿ ਵੀਰੇ ਇੱਥੇ ਪਾਕਿਸਤਾਨ ਦੇ ਵਿੱਚ ਬਹੁਤ ਹੈਪਾਟਾਈਟਸ ਸੀ ਵੀ ਬਹੁਤ ਜ਼ਿਆਦਾ ਤੇਜ਼ੀ ਨਾਲ ਫੈਲਦਾ ਜਾਂਦਾ ਵਾ ਇਹਦੇ ਹਵਾਲੇ ਨਾਲ ਲੋਕਾਂ ਨੇ ਇਹ ਕੈਂਪ ਲਗਾਇਆ ਵਾ ਤਾਂ ਕਿ ਜਿਹੜੇ ਗਰੀਬ ਸ਼ਹਿਰੀ ਹੈਗੇ ਆ ਉਹਨਾਂ ਦਾ ਕੋਈ ਹੱਲ ਨਿਕਲੇ ਔਰ ਬਿਮਾਰੀ ਤੋਂ ਜਾਨ ਛਡਵਾਈ ਜਾ ਸਕੇ ਅਤੇ ਵੀਰੇ ਇੱਥੇ ਅਸੀਂ ਪਹੁੰਚੇ ਸੀਗੇ ਇੱਥੋਂ ਹੁਣ ਅਸੀਂ ਜਾਣ ਲੱਗੇ ਹਾਂ ਵਾਪਸ ਅਤੇ ਬਾਕੀ ਆਪਾਂ ਅੱਗੇ ਜਾ ਕੇ ਵੇਖਦੇ ਹਾਂ ਕਿ ਕਿੱਥੇ ਜਾਂਦੇ ਅਤੇ ਕੀ ਹੁੰਦਾ ਅੱਗੇ ਜਾ ਕੇ ਅੰਬਰੀਆ ਨਾ ਮੈਨੂੰ ਪਤਾ ਨਹੀਂ ਕਿ ਹਾਲ 'ਚ ਕੀ ਫੜਾਈ ਜਾਂਦੀ ਸੀ ਮੈਂ ਕਹਿੰਦੀ ਆ ਫੜ ਲਾ ਜੇਬ 'ਚ ਪਾ ਲਾ ਚੁੱਪ ਕਰਕੇ ਤੇ ਮੈਂ ਪਰੇਸ਼ਾਨ ਪਤਾ ਨਹੀਂ ਕੀ ਮੈਨੂੰ ਫੜਾਈ ਜਾਂਦੀ ਹੈਗੀ ਆ ਖੋਲ ਕੇ ਦਿਖਾ ਨਾ ਵਿੱਚ ਹੈ ਕਿਹੜੀ ਸ਼ੈ ਵਾ ਖੋਲੋ ਖੋਲੋ ਕਿਹੜੀ ਸ਼ੈ ਵਾ ਦਿਖਾਓ ਮੈਨੂੰ ਅੱਛਾ ਕੀ ਕਹਿੰਦੇ ਇਹਨੂੰ ਪੋਨੀ ਇਦਾਂ ਕੋ ਬੰਨੀ ਹੋਈ ਆ ਯਾਰ ਇਹ ਬੜੀ ਮਜ਼ੇ ਕੀ ਹੁੰਦੀ ਹੈ ਜੇ ਪੈਰ ਤੇ ਨਾ ਇਸ ਫਲੋ ਆਦਾ ਬਾਦੋ ਦੇ ਪਿੱਛੇ ਅੱਛਾ ਤੇ ਮੈਨੂੰ ਕਹਿੰਦਾ ਵੀ ਜੇ ਚ ਪਾ ਲੈ ਜੇ ਚ ਪਾ ਲੈ ਖੈਰ ਮੈਂ ਮੇਰੇ ਪਾਸ ਬੈਗ ਨਹੀਂ ਤਾਂ ਬੰਦਾ ਮੈਂ ਆਪਣੀ ਬੈਗ ਤੇ ਰੱਖਦੀ ਮੈਂ ਤੇ ਨਹੀਂ ਇਹ ਸਾਡੇ ਤੋਂ ਬਾਹਰ ਦੇ ਪੂਰੀ ਦੇ ਦੋ ਅੱਛਾ ਅੱਛਾ ਤੇ ਮੈਂ ਪਰੇਸ਼ਾਨ ਕਿ ਪਤਾ ਨਹੀਂ ਮੈਨੂੰ ਕੋਈ ਨਹੀਂ ਜੇ ਆਪਣੀ ਜੇ ਚ ਪਾ ਲਾ ਆਪਣੀ ਜੇ ਚ ਪਾ ਲਾ ਚਲੋ ਬਾਕੀ ਇਵੈਂਟ ਤੇ ਜਾ ਕੇ ਉਧਰ ਕਰੈਕ ਲੱਗ ਰਿਹਾ ਕਿ ਹਾਂ ਲੈ ਲਈ ਮੇਰੇ ਤੇ ਕੇਸ ਕਿਉਂ ਕਰਵਾਉਣਾ ਚਾਹੁੰਦੀ ਹੈਗੀ ਕਿ ਆਹ ਕਿੱਥੋਂ ਪੋਨੀਆਂ ਜੇਬ ਚੋਂ ਨਿਕਲੀਆਂ ਪਈਆਂ ਹੈਗੀਆਂ ਮੈਂ ਮਾਫੀਆ ਨਾ ਮੰਗਣੀ ਪੜਦੀ ਚਲੋ ਇਵੈਂਟ ਤੇ ਜਾ ਕੇ ਪਹੁੰਚਦੇ ਫਿਰ ਆਪਾਂ ਉੱਥੇ ਵੇਖਦੇ ਕੀ ਬਣਦਾ ਮੈਂ ਵਾਪਸ ਆਇਆ ਸੀਗਾ ਤੇ ਆ ਮੁੰਡਾ ਤੇ ਆ ਕੁੜੀ ਆ ਕੁੜੀ ਲੁਕਦੀ ਜਾਂਦੀ ਹੈਗੀ ਆ ਕੁੜੀ ਲੁਕਦੀ ਕਿਉਂ ਪਈ ਨੂੰ ਤੇ ਕੌਣ ਹੈ ਬੈ ਲੁਕਦੀ ਕਿਉਂ ਪਈ ਆ ਬਸ ਐਵੇਂ ਮੈਂ ਨਹੀਂ ਕਰਨਾ ਯਾਰ ਕੀ ਨਹੀਂ ਕਰਨਾ ਜੋ ਬਾਤ ਤੋਂ ਪਤਾ ਨਹੀਂ ਇਹ ਕੀ ਨਹੀਂ ਕਰਨਾ ਮੈਂ ਘਰ ਜਾਣਾ ਮੈਂ ਤੇ ਜਾਓ ਉਸ ਦਿਨ ਕਿਹੜਾ ਰੋਕਦੇ ਪਏ ਨਾ ਘਰ ਜਾਓ ਯਾਰ ਬਾਤ ਸੁਣੋ ਮੇਰੀ ਹਾਂ 8:30 ਵਜੇ ਕਾਇਆ 8:30 ਵਜੇ ਐਂਡ ਮਤਲਬ ਕਿ ਬਾਰ ਯਾਰ ਇਹ ਜ਼ੁਲਮ ਇਹਦੇ ਨਾਲ ਇਹ ਜ਼ੁਲਮ 8:30 ਵਜੇ ਤੋਂ ਲੈ ਕੇ ਰਾਤ 3:30 ਵਜੇ ਤੱਕ ਇਹਦੀ ਡਿਊਟੀ ਆਏਗੀ ਕਿਉਂਕਿ ਇਹ ਲਾਈਵ ਰਿਪੋਰਟਰ ਹੈਗਾ ਵਾ ਇਹਨੂੰ ਬਹੁਤ ਸ਼ੌਕ ਹੁੰਦਾ ਸੀ ਲਾਈਵ ਕਰਨ ਦਾ ਤੇ ਰਾਤ ਨੂੰ ਲਾਈਵ ਹੋਵੇ ਨਾ ਸਵੇਰ 5 ਵਜੇ ਦਾ ਟਾਈਮ ਹੋਵੇ ਲਾਈਵ ਕਰਨਾ ਤੇ ਭਾਈ 3 ਵਜੇ ਆ ਕੇ ਭਾਈ ਆਪਣੀ ਟਾਈਮ ਵੀ ਕੱਸ ਲੈਂਦਾ ਹੁੰਦਾ ਸੀ ਇਹੀ ਗੱਲ ਹੈ ਨਾ ਬਈ ਇੰਜੀ ਹੈ ਇਹੀ ਹੈ ਲਓ ਵੀਰੇ ਚੱਲੇ ਹੁਣ ਅਸੀਂ ਕਿੱਥੇ ਚੱਲੇ ਆਪਾਂ ਤੇਰੇ ਸਾਥ ਮੈਂ ਨੰਬਰ ਸ਼ੇਅਰ ਕਿਉਂ ਕਾਲ ਕਰ ਕਾਲ ਕਰਕੇ ਪੁੱਛ ਕੇ ਲਓ ਵੀਰੇ ਚੱਲੇ ਅਸੀਂ ਤੇ ਕੋਈ ਲੰਗਰ ਹੈਗਾ ਵਾ ਉੱਥੇ ਚੱਲੇ ਆਪਾਂ ਇੰਜੋਏ ਕਰਾਂਗੇ ਮਜ਼ੇ ਕਰਾਂਗੇ ਖਾਵਾਂ ਪੀਆਂਗੇ ਤੁਸੀਂ ਵੀ ਆਓ ਸਾਡੇ ਨਾਲ ਤੇ ਆਓ ਬੱਚੇ ਬੜੀ ਇਮਾਨਦਾਰੀ ਸੇ ਇੱਕ ਬਾਤ ਬਤਾਓ ਇਹ ਚਿੱਟਾ ਜੋ ਹੈ ਚਿਕਨਾ ਬੱਚਾ ਇਹ ਫਿਲਟਰ ਵਗੈਰਾ ਲਗਾ ਕੇ ਹੁੰਦਾ ਹੈ ਇਸ ਕੋ ਦਾੜੀ ਯਾਰੀ ਰੱਖੇ ਯਾਰ ਮਰਦ ਲੱਗੇ ਬਿਲਕੁਲ ਚਿਕਨਾ ਬੱਚਾ ਲੱਗਦਾ ਹੈ ਔਰ ਮੈਂ ਉਹ ਤੂੰ ਤੇ ਬਿਲਕੁਲ ਖਿਲਾਫ ਹੈ ਤੂੰ ਕੌਣ ਤੂੰ ਚ
ਅਤੇ ਉੱਥੇ ਇੱਕ ਦੋਸਤ ਮਿਲਿਆ, ਚਾਹ ਪਾਣੀ ਹੋਈ, ਰੋਟੀ ਛੋਟੀ, ਅਤੇ ਕਹਿੰਦਾ ਯਾਰ ਸਾਡੇ ਵਰਗੇ ਨੂੰ ਕਿਤੇ ਕੁੜੀ ਛੁੜੀ ਰੱਖੋ, ਇੱਥੇ ਵੇਟਰ ਵੇਟਰਸ ਤੁਸੀਂ ਕੁੜੀ ਰੱਖੋ ਰੱਖੇ ਤੁਸੀਂ, ਕਹਿੰਦਾ ਮੋਜ਼ਮ ਭਾਈ ਮੈਂ ਤਾਂ ਤੁਹਾਨੂੰ ਵੀ ਸਮਝ ਗਿਆ ਨਾ, ਇਸਦੀ ਕਹਿ ਰਹੇ ਹੋ ਯਾਰ ਦਾੜੀ ਰੱਖ ਲਓ, ਆਹੋ ਫਿਰ ਚਲੀ ਉਸ ਤੋਂ ਪਹਿਲੇ ਕਿ ਲੇਟ ਹੋ ਜੀ। ਅਸੀਂ ਇੱਥੇ ਪਹੁੰਚੇ ਸੀ ਮਦਰਸੇ ਦੇ ਵਿੱਚ, ਅਤੇ ਇੱਥੇ ਮਦਰਸੇ ਦੇ ਵਿੱਚ ਮੌਲਾਨਾ ਮੁਹੰਮਦ ਸਈਦ ਅਹਿਮਦ ਅਸਦ ਸਾਹਿਬ ਦਾ ਨਾ ਖਤਮੇ ਚਲੀਸਵਾਂ ਸੀਗਾ, ਖਤਮੇ ਚਿਲਮ ਸੀਗਾ, ਔਰ ਇਹਦੇ ਹਵਾਲੇ ਨਾਲ ਅਸੀਂ ਇੱਥੇ ਪਹੁੰਚੇ ਸੀਗੇ, ਅਤੇ ਇੱਥੇ ਮਹਿਫਲ ਪਾਕ ਹੋ ਰਹੀ ਸੀ, ਅਤੇ ਇੱਥੇ ਮਹਿਫਲ ਪਾਕ 'ਤੇ ਅਸੀਂ ਆਏ ਹਾਂ, ਅਤੇ ਮਹਿਫਲ ਪਾਕ ਦੀ ਰਿਕਾਰਡਿੰਗ ਹੋ ਗਈ ਆ, ਅਤੇ ਹੁਣ ਅਸੀਂ ਜਾਣ ਲੱਗੇ ਹਾਂ ਵਾਪਸ, ਅਤੇ ਬਾਕੀ ਆਪਾਂ ਵਾਪਸ ਤੁਹਾਨੂੰ ਜਾ ਕੇ ਮਿਲਦੇ, ਆਪਾਂ ਕਿੱਥੇ ਜਾਣਾ ਯਾਰ। ਜੋ ਮੈਂ ਕਿਹਾ ਵਾਪਸ ਆਉਂਦੇ ਪਏ ਸੀ, ਸਾਡਾ ਵਾਪਸ ਆਉਂਦੇ ਹੋਏ ਨਾ ਰਾਹ ਦੇ ਵਿੱਚ ਬਹੁਤ ਹੀ ਬਚਦੇ ਬਚਦੇ ਅਸੀਂ ਬਚ ਗਏ ਹਾਂ। ਤੁਸੀਂ ਵੇਖਦੇ ਹੋਣੇ ਕਿ ਸਾਡੀ ਗੱਡੀ ਆ, ਦੇਖੋ ਗੱਡੀ ਸਾਡੀ ਕਿੱਥੇ ਫਸੀ ਪਈ ਆ, ਮਤਲਬ ਗੱਡੀ ਅਸੀਂ ਆਉਂਦੇ ਪਏ ਸੀ, ਅਤੇ ਔਰ ਗੱਡੀ ਜਿਹੜੀ ਯਕਦਮ ਉੱਥੇ ਬ੍ਰੇਕ ਫੇਲ ਹੋ ਗਈ ਆ, ਕੀ ਹੋਇਆ, ਇੱਕੋ ਦਫਾ ਗੱਡੀ ਜਿਹੜਾ ਫੁੱਟਪਾਥ ਹੁੰਦਾ ਨਾ ਉਹਦੇ ਉੱਤੇ ਚੜ੍ਹ ਗਈ, ਅਤੇ ਅਸੀਂ ਬਹੁਤ ਹੀ ਬਚੇ ਹਾਂ, ਹੁਣ ਗੱਡੀ ਨੂੰ ਜ਼ੋਰ ਜ਼ੋਰ ਲਾਉਂਦੇ ਪਏ ਕੋਈ ਕੱਢਦੇ ਹਾਂ, ਅਤੇ ਅੱਲਾ ਦਾ ਸ਼ੁਕਰ ਅਸੀਂ ਬਚ ਬਚਾ ਤਾਂ ਹੋ ਗਿਆ ਵਾ, ਅਤੇ ਬਾਕੀ ਬੜੀ ਮੁਸ਼ਕਿਲ ਨਾਲ ਬਚੇ ਹਾਂ, ਅਤੇ ਹੁਣ ਅਸੀਂ ਗੱਡੀ ਨੂੰ ਕੋਈ ਹਿਸਾਬ ਲਾਉਂਦੇ ਇਹਨੂੰ ਕਿੱਦਾਂ ਕੱਢਣਾ ਵਾ, ਬਾਕੀ ਸਾਡੇ ਨਾਲ ਇੱਥੇ ਦੋਸਤ ਵਾਰਡਨ ਵਾਲੇ ਵੀ ਸਾਡੇ ਕੋਲ ਹੈਲਪਫੁਲ ਕਰਵਾ ਰਹੇ ਹੈਗੇ ਆ, ਅਤੇ ਬਾਕੀ ਅਸੀਂ ਇੱਥੇ ਫਸ ਗਏ ਸੀਗੇ, ਅਤੇ ਇੱਥੋਂ ਹੁਣ ਅਸੀਂ ਗੱਡੀ ਕੱਢਦੇ ਹਾਂ, ਅਤੇ ਕੱਢ ਕੇ ਅੱਗੇ ਵੇਖਦੇ ਕੀ ਕਰਦੇ ਲੋ ਯਾਰ। ਅਸੀਂ ਜਦੋਂ ਅਸੀਂ ਅਸੀਂ ਜਦੋਂ ਆ ਰਹੇ ਸੀਗੇ, ਕੀ ਅਚਾਨਕ ਹੋਇਆ ਕੀ ਆ ਯਾਰ, ਹੋਇਆ ਇਹ ਕਿ ਭਾਈ ਸਾਹਿਬ ਨੇ ਨਾ ਸਪੀਡ ਮੇ ਰੱਖੀ ਹੋਈ ਸੀ ਗਾੜੀ, ਇਸੇ ਕੰਟਰੋਲ ਨਹੀਂ ਹੋਈ, ਫੁੱਟਪਾਥ ਪੇ ਚੜ ਗਈ ਔਰ ਯਕੀਨਨ ਉਲਟਨੇ ਵਾਲੀ ਸੀ, ਅੱਲਾ ਪਾਕ ਨੇ ਰੱਖਿਆ ਮੈਂ, ਵਰਨਾ ਆਮ ਗਏ ਔਰ ਮੈਂ ਇਹ ਆ, ਤੇ ਉੱਤੋਂ ਤੁਸੀਂ ਚੈੱਕ ਕਰੋ ਥੱਲੇ ਖਾਲਾ ਵਾ, ਖਾਲੇ ਦੇ ਵਿੱਚ ਚੱਲ ਜਾਣੀ ਸੀਗੀ, ਠੀਕ ਹੈ ਭਾਈਆਂ, ਤੁਸੀਂ ਸਾਨੂੰ ਦੱਸੋ ਕਿ ਹੋਇਆ ਕੀ, ਕਿੱਦਾਂ ਗੱਡੀ ਸਾਡੀ ਆ ਰਹੀ, ਤੁਸੀਂ ਵੇਖਿਆ ਸੀ ਅਸੀਂ ਉਹ ਜੈਸੇ ਨਾ ਕੀ ਦੇਖਿਆ ਸੀ ਯਾਰ, 20 ਮਿੰਟ ਨਾ ਲਾਓ, ਨਹੀਂ ਨਹੀਂ ਕੋਈ ਨਹੀਂ, ਤੁਸੀਂ ਦੱਸ ਦਿਓ ਭਾਈ ਇਹ ਭਾਈ ਆ ਰਹੇ ਆ, ਤੇ ਭਾਈ ਇਹ ਪਤਾ ਨਹੀਂ ਕਿਆ ਕੀ ਹੈ, ਯਾਖਾ ਮਿਲਰ ਚਾੜੀ ਚਲੀ ਗਈ ਹੈ, ਅੱਛਾ ਠੀਕ ਹੈ, ਤਾਂ ਇਹ ਮਸਾਂ ਹੀ ਬੱਚੇ ਨੀਚੇ ਹਾਲਾ ਥਾਲਾ ਪਾਰਟੀ ਇੰਕ ਬਚਾਇਆ। ਲੋ ਯਾਰ ਤੁਸੀਂ ਵੇਖਿਆ ਕਿ ਅਸੀਂ ਅੱਲਾ ਦਾ ਸ਼ੁਕਰ ਆ ਕਿ ਲੱਖਾਂ ਲੱਖਾਂ ਕਰੋੜਾਂ ਸ਼ੁਕਰ ਆ, ਜਿਸ ਦੀ ਸਪੀਡ ਮੈਂ ਆ ਰਹੀ ਸੀ ਨਾ, ਅੱਛਾ ਇਸਨੇ ਕੀਆ ਕਿ ਇਸਨੇ ਕੀਆ ਕੈਸੇ ਕੀਆ ਇਹ ਕਿਸਨੇ ਨਾ, ਇਸਕੋ ਲਗਾ ਕਿ ਅਬ ਚੜ੍ਹ ਰਹੀ ਹੈ ਉੱਪਰ, ਇਸਨੇ ਬ੍ਰੇਕ ਲਗਾਈ ਆ, ਬ੍ਰੇਕ ਲਗਾਉਣ ਸਾ ਫਿਰ ਸਲਿਪ ਹੋ ਕੇ ਉੱਪਰ ਚੜ੍ਹੀ ਹੈ ਸਪੀਡ ਮੇ, ਭਾਈ ਬਹੁਤ ਬਹੁਤ ਮੁਸ਼ਕਿਲ ਅਸੀਂ ਬਚੇ ਹਾਂ, ਬਾਕੀ ਜਾਂਦੇ ਹਾਂ ਦਫ਼ਤਰ, ਦਫ਼ਤਰ ਜਾ ਕੇ ਮਿਲਦੇ ਹਾਂ, ਆਫਿਸ ਪਹੁੰਚੇ ਹਾਂ ਬਿਲਕੁਲ ਖੈਰੋ ਅਫੀਅਤ ਨਾਲ ਪਹੁੰਚੇ ਹਾਂ। ਤੁਹਾਨੂੰ ਪਤਾ ਕਿ ਜਿਹੜਾ ਸਾਡੇ ਨਾਲ ਹਾਦਸਾ ਹੋਇਆ ਬੜਾ ਬੁਰਾ ਹਾਦਸਾ ਹੋਇਆ ਸੀਗਾ, ਔਰ ਅੱਲਾ ਅੱਲਾ ਕਰਕੇ ਅਸੀਂ ਬਚੇ ਹੈਗੇ ਹਾਂ, ਕਿ ਬਹੁਤ ਹੀ ਮੁਸ਼ਕਿਲ ਸੀ, ਲੇਕਿਨ ਉਮੀਦ ਕੋਈ ਨਹੀਂ ਸੀ ਛੱਡੀ, ਜਿਹੜਾ ਸਾਡੇ ਨਾਲ ਡਰਾਈਵਰ ਸੀ ਉਹਨੇ ਉਮੀਦ ਤਾਂ ਕੋਈ ਨਹੀਂ ਛੱਡੀ ਸੀਗੀ, ਬਾਕੀ ਸ਼ੁਕਰ ਅਸੀਂ ਅੱਲਾ ਅੱਲਾ ਕਰਕੇ ਬਚ ਗਏ ਹਾਂ, ਔਰ ਅਸੀਂ ਬਾਲ ਬਾਲ ਬਚੇ ਹਾਂ, ਇਹ ਤਾਂ ਅੱਲਾ ਦੀ ਕਰਨੀ ਹੋਈ ਕੋਈ ਇਹੋ ਜਿਹੀ ਕਿ ਅਸੀਂ ਬਿਲਕੁਲ ਬਚ ਬਚਾ ਹੋ ਗਏ, ਤਾਂ ਬਿਲਕੁਲ ਖੈਰੋ ਫੀਅਤ ਨਾਲ ਆਫਿਸ ਆ ਗਏ ਹਾਂ, ਅਤੇ ਬਿਲਕੁਲ ਕੁਝ ਵੀ ਨਹੀਂ ਹੋਇਆ। ਔਰ ਮੇਰਾ ਵੀਰ ਤੁਸੀਂ ਵੀ ਧਿਆਨ ਨਾਲ ਜੋ ਵੀ ਡਰਾਈਵਰੀ ਕਰੋ, ਜਿੱਥੇ ਵੀ ਕੁਝ ਵੀ ਕਰੋ ਨਾ, ਜਦੋਂ ਵੀ ਹਮੇਸ਼ਾ ਅਹਿਤਿਆਤ ਨਾਲ ਤੇਜ਼ ਰਫਤਾਰੀ ਬਿਲਕੁਲ ਨਹੀਂ ਰੱਖਣੀ, ਔਰ ਬਿਲਕੁਲ ਆਰਾਮ ਨਾਲ ਚਲਾਓ ਔਰ ਇੰਜੋਏ ਕਰਦੇ ਜਾਓ, ਤਾਂ ਕਿ ਨਾ ਕਿ ਤੁਹਾਨੂੰ ਕੋਈ ਹਾਦਸਾ ਹੂਸਾ ਨਾ ਹੋਵੇ। ਇਸ ਵਾਸਤੇ ਲਓ ਅੱਜ ਦਾ ਬੇਲੀ ਜਿਹੜਾ ਯੂਟਿਊਬ ਵਲੌਗ ਹੁੰਦਾ ਖਤਮ, ਆਪਾਂ ਮਿਲਾਂਗੇ ਤੁਹਾਨੂੰ ਕੱਲ੍ਹ, ਮੈਨੂੰ ਦਿਓ ਇਜਾਜ਼ਤ ਅਤੇ ਅੱਲਾ ਹਾਫਿਜ਼।